ਤੁਹਾਡੇ ਦੇਖੇ ਵੀਡੀਓ ਮੋਟਰਸਾਈਕਲ ਵਾਲੀਆਂ ਹੈ ਦੇਖੀ ਉਹ ਤੇਰੀ ਉਹ ਸਾਡੇ ਤਾਂ ਘਰ ਦੇ ਬੰਦੇ ਨਹੀਂ ਦੇਖਦੇ ਯਾਰ ਚੰਗਾ ਯਾਰ ਹਟੇ ਜਾਂਦਾ ਯਾਰ ਨਾਲੇ ਕਹਿੰਦੇ ਯੂਟਿਊਬਰਾਂ ਨੂੰ ਪੈਸੇ ਬਹੁਤ ਆਉਂਦੇ ਆ ਹੈ ਪਰ ਲੈਟ ਦਾ ਉਹਦੇ ਘਰ ਵਾਲੇ ਤੋਂ ਹੀ ਪੈਂਦੇ ਨੇ ਜਿੰਨੀ ਛੇਤੀ ਆਏਗੀ ਉਨੀ ਵੱਧ ਸ਼ਾਪਿੰਗ ਜਿੰਨਾ ਲੇਟ ਆਏਗੀ ਉਨੀ ਘੱਟ ਸ਼ਾਪਿੰਗ ਤੂੰ ਬਸ ਤੁਸੀਂ ਸਮਝੋ ਮੈਂ ਗਈ ਤੇ ਆਈ ਉਹਨਾਂ ਦੀ ਕੀ ਰੇਂਜ ਆ ਉਹ ਨੇ ਜਿਹੜੇ ਕੋਈ ਨਹੀਂ ਚਾਹੀਏ ਉਹੀ ਦੇ ਵਿੱਚ ਮੈਟਲ ਵਾਲਾ ਸਿੰਪਲ ਉਹ ਵੀ ਮਿਲ ਜਾਏਗਾ ਇਹਨਾਂ ਦੀ ਜੀ ਨਹੀਂ ਬਾਲੇ ਤਾਂ ਨਹੀਂ 1360 ਥੋੜਾ सोच समझ के ब्याह कराए हैं सौखा नहीं हो मित्रा ब्याह करवाना वे हाँ जी जी अज आ गया तरीक 2 टाइम हो गया सवेर दे 11:15 अज असी 9 बजे नूं घरों जाना सीगा बट बिकॉज ऑफ दिस लेडी ਅਸੀਂ ਹਲ ਤੱਕ ਘਰੇ ਆ। ਅੱਜ ਦੀ ਵੀਡੀਓ 'ਚ ਆਪਣੀ ਪਵਨ ਦੇ ਕਰਵਾ ਚੌਥ ਦੀ ਤਿਆਰੀ ਹੋ ਗਈ ਬਟ ਉਦੋਂ ਪਹਿਲਾਂ ਸਾਨੂੰ ਇੱਕ ਬਹੁਤ ਜ਼ਰੂਰੀ ਕੰਮ ਆ। ਪਵਨ ਦੇ ਜਿਹੜੇ ਪ੍ਰੂਫ ਹਲ ਤੱਕ ਉਹਦੇ ਆਪਦੇ ਪਿੰਡ ਦੇ ਹੀ ਆ। ਹੁਣ ਨਾਲੇ ਅੱਜ ਪਹਿਲਾਂ ਆਪਾਂ ਉਹਦੇ ਸਾਰੇ ਪ੍ਰੂਫ ਇੱਥੇ ਦੇ ਬਣਾ ਲਈਏ। ਨਾਲੇ ਸਾਨੂੰ ਪੈਨ ਕਾਰਡ ਜ਼ਰੂਰੀ ਚਾਹੀਦਾ ਬਣੋ ਇਹਦਾ, ਉਹ ਅਪਲਾਈ ਕਰਨਾ ਵਾ ਤੇ ਹੁਣ ਆਪਾਂ ਜਲਦੀ ਹਲੇ ਵੀ ਕੀ ਲੋੜ ਆ, ਰੁਕ ਜਾਂਦੇ 2-4 ਸਾਲ। ਚਲੋ ਆਜੋ ਚੱਲਦੇ ਆ। ਮੈਂ ਆਪਦੇ ਪਿੰਡ ਦੀ ਉਹ ਠੀਕ ਆ, ਕੀ ਲੋੜ ਆ ਮੈਨੂੰ ਤੇਰੇ ਖੇਤ ਦੀ ਬਣਾਉਣ ਦਾ। ਤੁਸੀਂ ਕਮੈਂਟ ਕਰਦੇ ਹੁੰਦੇ ਸੀ ਵੀ ਦੂਜੀ ਗੱਡੀ ਨਹੀਂ ਚਲਾਉਂਦੇ, ਲਓ ਅੱਜ ਦੂਜੀ ਗੱਡੀ ਚਲਾ ਲਾਂਗੇ ਆਪਾਂ। ਆ ਜਾਓ ਮੈਡਮ ਜੀ, ਅੱਜ ਨਵੀਂ ਗੱਡੀ ਚੱਲੀਏ। ਹੈ ਚਾਹੇ ਉਹਦੇ ਨਾਲੋਂ ਪੁਰਾਣੀਆਂ ਪਰ ਫੀਚਰ ਵੱਧ ਨੇ। ਉਹਦੇ 'ਚ ਕੈਮਰਾ ਹੈ ਨਹੀਂ, ਬੈਕ ਇਹਦੇ 'ਚ ਹੈਗਾ ਵਾ। ਚਲੋ ਜੀ ਹੁਣ ਤੁਹਾਨੂੰ ਮਿਲ ਜਾਵਾ ਬਾਹਰ ਜਾ ਕੇ। ਹਾਂ ਇੱਦਾਂ ਕੈਮਰੇ ਦੇਖੂ ਜੱਟ, ਕੈਮਰੇ 'ਚ ਚੰਗਾ ਜੀ। ਇਹ ਗੱਡੀ ਹੈਗੀ ਆ 2013 ਮਾਡਲ ਤੇ ਦੂਜੀ ਗੱਡੀ ਹੈ 2017 ਮਾਡਲ। ਉਹ ਗੱਡੀ ਨਵੀਂ ਆ ਬਟ ਫੀਚਰ ਇਹਦੇ 'ਚ ਵੱਧਦਾ ਕਿਉਂਕਿ ਹੈਗਾ ਟੌਪ ਮਾਡਲ। ਇਹਦੇ ਵਿੱਚ ਆ ਕੂਣੀਆਂ ਧਰਨ ਨੂੰ ਵੀ ਹੈਗਾ ਵਾ, ਕਰੂਜ਼ ਸਿਸਟਮ ਵੀ ਹੈਗਾ, ਇਹਦੇ ਵਿੱਚ ਫੰਕਸ਼ਨ ਸਾਰੇ ਆ। ਤੇ ਬਾਕੀ ਆਪਾਂ ਅੱਜ ਦੀ ਵੀਡੀਓ ਦੀ ਗੱਲ ਕਰਦੇ ਆ। ਆਪਾਂ ਚੱਲੇ ਪੰਧੇਰ ਖੇੜੀ। ਜਿਹੜੇ ਸਾਡੇ ਨਾਲ ਨਵੇਂ ਜੁੜੇ ਉਹਨਾਂ ਨੂੰ ਦੱਸ ਦਈਏ ਕਿ ਸਾਡਾ ਅਸਲੀ ਪਿੰਡ ਪੰਧੇਰ ਖੇੜੀ ਆ, ਰਹਿੰਦੇ ਅਸੀਂ ਜੋਧਾ ਮਾਂ। ਸਾਡੇ ਪ੍ਰੂਫ ਵਗੈਰਾ ਸਾਰਾ ਕੁਝ ਪੰਧੇਰ ਖੇੜੀ ਦਾ ਹੀ ਆ, ਤਾਂ ਕਰਕੇ ਪਵਨ ਦੇ ਪ੍ਰੂਫ ਵੀ ਉੱਥੇ ਦੀ ਬਣਨੇ ਆ। ਵੈਸੇ ਸਾਡੇ ਵਾਂਗੂ ਕੋਈ ਹੋਰ ਹੈਗਾ ਜਿਹਦੇ ਵਿਆਹ ਨੂੰ ਸਾਲ ਹੋ ਗਿਆ ਹੋਵੇ ਤੇ ਪ੍ਰੂਫ ਪਰ ਅਜੇ ਤੱਕ ਬਣਾਈ ਨਾ ਹੋਣ, ਮੈਨੂੰ ਲੱਗਦਾ ਅਸੀਂ ਪਹਿਲਾਂ ਹੀ ਹੋਵਾਂਗੇ ਸ਼ਾਇਦ। ਜੇ ਕੋਈ ਹੋਇਆ ਦੱਸਿਓ ਜ਼ਰੂਰ। ਹੈ ਹੁਣ ਆਪਾਂ ਤੁਹਾਨੂੰ ਪੰਧੇਰ ਖੇੜੀ ਜਾ ਕੇ ਮਿਲਦੇ ਆ ਬਿਕੋਜ਼ ਅੱਜ ਦੀ ਵੀਡੀਓ 'ਚ ਬਹੁਤ ਕੁਝ ਹੋਣਾ ਵਾ ਤੇ ਫਿਰ ਵੀਡੀਓ ਲੰਬੀ ਵਾਲੀ ਹੋਣੀ ਆ। ਵੀਡੀਓ ਨੂੰ ਐ ਹੌਲੀ ਹੌਲੀ ਰੱਖਾਂਗੇ। ਹੁਣ ਤੁਹਾਨੂੰ ਮਿਲਾਂਗੇ ਪੰਧੇਰ ਖੇੜੀ ਜਾ ਕੇ। ਚੰਗਾ ਜੀ ਪ੍ਰੂਫ ਪਰ ਬਣਾ ਲਈਏ। ਮੈਨੂੰ ਵੀ ਬਣਾ ਲਓ ਪੰਧੇਰ ਖੇੜੀ ਦੀ। ਬਣਾ ਲਾਂਗੇ ਤੈਨੂੰ ਜੱਟੀ ਪੰਧੇਰ ਖੇੜੀ ਦੀ, ਤੂੰ ਪੰਧੇਰ ਖੇੜੀ ਦੀ ਵੀ ਆ। ਚਲੋ ਜੀ ਹੁਣ ਤੁਹਾਨੂੰ ਮਿਲਦੇ ਅਸੀਂ ਪੰਧੇਰ ਖੇੜੀ ਜਾ ਕੇ। ਲਓ ਜੀ ਆਪਾਂ ਪਹੁੰਚ ਚੁੱਕੇ ਪੰਧੇਰ ਖੇੜੀ। ਹੁਣ ਪਹਿਲਾਂ ਚਾਚੇ ਦੇ ਮੁੰਡੇ ਨੂੰ ਅੰਦਰੋਂ ਹਾਕ ਮਾਰ ਲਈਏ ਤੇ ਚਾਹ ਚੂ ਆ ਕੇ ਪੀਵਾਂਗੇ। ਪਹਿਲਾਂ ਕੰਮ ਕਰਾਈਏ, ਲੈਟਸ ਗੋ। ਆਪਾਂ ਘਰੇ ਖੜੇ ਨਹੀਂ ਹੈਗੇ ਬਹੁਤਾ ਟਾਈਮ ਬਿਕੋਜ਼ ਆਪਾਂ ਨੂੰ ਪਹਿਲਾਂ ਜ਼ਰੂਰੀ ਆ ਕੰਮ ਕਰਨਾ ਕਿਉਂਕਿ 12:15 ਹੋ ਗਏ। ਆਪਾਂ ਬਸ ਹਰਪਿੰਦਰੇ ਨੂੰ ਬਿਠਾ ਕੇ ਮੁੜਿਆ। ਜਿਨ੍ਹਾਂ ਨੇ ਪਹਿਲੇ ਵੀਡੀਓ ਦੇਖਿਆ ਉਹਨਾਂ ਦਾ ਪਤਾ ਹੈ ਕੌਣ, ਜਿਹਨਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਦੱਸ ਦਈਏ ਕਿ ਮੇਰੇ ਚਾਚੇ ਦਾ ਛੋਟਾ ਮੁੰਡਾ ਹਰਪਿੰਦਰ ਹੈਰੀ ਉਰਫ ਹੈਰੀ ਉਰਫ ਕਿਊਟ ਮੁੰਡਾ, ਬਹੁਤ ਹੈਂਡਸਮ ਮੁੰਡਾ। ਸਾਡੀਆਂ ਪਹਿਲੀਆਂ ਵੀਡੀਓ ਤੇ ਬਹੁਤ ਕਮੈਂਟ ਆਇਆ, ਅੱਜ ਤਾਂ ਵਿਚਾਰਾ ਖੱਤੇ 'ਚ ਆਇਆ ਹੋਇਆ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਮਲੌਦ। ਆਪਣੇ ਸਾਰੇ ਕਾਗਜ਼ ਪੱਤਰ ਵਾਲੇ ਕੰਮ ਨਾ ਮਲੌਦ 'ਚ ਹੀ ਹੁੰਦੇ ਆ। ਉਹ ਸੁਵਿਧਾ ਸੈਂਟਰ ਬੁਆਰਨ ਫਰੰਟ ਆਫ ਸੁਵਿਧਾ ਸੈਂਟਰ ਮਲੌਦ ਤੇ ਸਾਡੇ ਕਾਗਜ਼ ਪੱਤਰ ਵਾਲੇ ਕੰਮ ਸਾਰੇ ਆ ਬੰਦਾ ਕਰਦਾ। ਹੈਲੋ ਚਲੋ ਆਜੋ। ਹੁਣ ਖੁਸ਼ ਆ ਪੰਧੇਰ ਖੇੜੀ ਵਾਲੀ ਹੋ ਕੇ ਪੂਰੀ। ਹਾਂਜੀ ਹਰਪਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਚੱਲ ਫਿਰ ਜੂਸ ਪਿਲਾ ਦੇ ਹੁਣ। ਅਸੀਂ ਆ ਜੀ ਪਿੰਡ ਮਲੌਦ, ਸ਼ਹਿਰ ਮਲੌਦ ਕਿ ਪਿੰਡ ਮਲੌਦ? ਸ਼ਹਿਰ ਮਲੌਦ। ਸਾਨੂੰ ਚਾਹੀਦਾ ਪੈਨ ਕਾਰਡ ਸੀਗਾ ਪਰ ਪੈਨ ਕਾਰਡ ਜਦੋਂ ਆਧਾਰ ਕਾਰਡ ਬਣ ਕੇ ਆ ਗਿਆ ਉਦੋਂ ਬਾਅਦ ਚ ਅਪਲਾਈ ਹੋਊਗਾ। ਸੋ 10 ਦਿਨ ਲੱਗਣਗੇ ਮੇਰੇ ਹਿਸਾਬ ਨਾਲ। ਇਹ ਸਿਰਫ ਇਹ ਬੰਦੇ ਕਰਕੇ ਜ਼ਿਲ੍ਹਾ ਬੰਦਾ ਬੰਦੇ ਕੋਲ ਪੈਨ ਕਾਰਡ ਤਾਂ ਹੋਵੇ ਕਿਉਂ ਫਿਰ ਹੁਣ ਵਧੀਆ। ਫਿਰ ਉਹ ਵੀ ਚੇਂਜ ਕਰਾਉਣਾ ਪੈਣਾ ਸੀ ਉਹਦੇ ਫਿਰ ਆਪਾਂ ਲੈ ਫਿਰ ਤੈਨੂੰ ਪੰਧੇਰ ਖੇੜੀ ਆਪਾਂ ਬਣਾਉਣਾ ਹੀ ਨਹੀਂ ਸੀਗਾ, ਠਹਿਰ ਕੇ ਬਣਾਉਣਾ ਸੀ। ਹੋਰ ਰੁਪਿੰਦਰ ਸਿੰਘ ਤੂੰ ਦੱਸ ਠੀਕ ਠਾਕ ਆ? ਵਧੀਆ ਬਸ ਵੀਰੇ ਤੁਸੀਂ ਦੱਸੋ? ਬਾ ਵਧੀਆ ਵਧੀਆ। ਕਿਸੇ ਹੋਰ ਜੂਸ ਵਾਲੇ ਚੱਲ ਵੜ। ਨਹੀਂ ਇਹਦੇ ਬਣਾਵਾਂ ਇਹਦੇ ਪਣ ਐ ਇਸ਼ਾਰੋ ਆਖੋ ਆਖੋ ਮੇ ਇਸ਼ਾਰੇ ਬੜੀ ਚੱਲਦੀ ਇਹਦੀ ਬਲੌਗ ਚ ਹੈ। ਚੱਲਣ ਦਾ ਭਾਈ ਪਤਾ ਲੱਗੂਗਾ ਜਾਮ ਲੱਗਿਆ। ਦੇਖ ਲਓ ਮਾਸਕ ਵੀ ਨਹੀਂ ਲੈ ਕੇ ਆ ਕਹਿੰਦਾ ਕੀ ਲੋੜ ਇੱਥੇ ਮੈਨੂੰ। ਭਾਬੀ ਰੋਜ਼ ਤਾਂ ਆਉਣਾ ਹੁੰਦਾ ਵਾ। ਨਹੀਂ ਮਾਸਕ ਤਾਂ ਆਪਦੇ ਫਾਇਦੇ ਲਈ ਹੁੰਦਾ ਭਾਈ। ਹੋਰ ਪਵਨ ਵਧੀਆ ਜੀ। ਹੁਣ ਮਹਿੰਦੀ ਹਲੇ ਮੈਂ ਪਾਰਲਰ ਜਾਣਾ ਫਿਰ ਮਹਿੰਦੀ ਲਵਾਉਣੀ ਹੈ। ਇਹ ਫਿਰ ਮਤਲਬ ਆ ਚੱਲੀ ਆਪਾਂ ਨੇ ਖੜਿਓ ਛੇਤੀ ਹੋਈ। ਹਾਂ ਨਹੀਂ ਆਪਾਂ ਲੇਟ ਵਾਲੇ ਹੋ ਜਾਣਾ ਨੇ। ਯੈਸ ਦੇਖੋ ਜੀ ਸ਼ਰਾਬਾਂ ਚ ਮੀਟ ਮੁਰਗੇ ਚ ਕੁਛ ਨਹੀਂ ਰੱਖਿਆ। ਤੁਸੀਂ ਫਲ ਫਰੂਟ ਤੇ ਆਪਦਾ ਜੂਸ ਜਸ ਪੀਆ ਕਰੋ। ਦੇਖਿਓ ਮਾੜਾ ਜੀ ਇੱਕ ਮਿੰਟ ਤੁਹਾਨੂੰ ਸਲਾਹ ਕੌਣ ਦੇਣ ਲੱਗਿਆ। ਦਾਰੂ ਸਿਹਤ ਲਈ ਹਾਨੀਕਾਰਕ ਆ। ਫਰੂਟ ਪੀਓ ਜੂਸ ਪੀਓ। ਕਿਉਂ ਰੁਪਿੰਦਰ? ਸ਼ੁਕਰ ਹੈ ਤੁਹਾਨੂੰ ਵੀ ਛੇਤੀ ਪਤਾ ਲੱਗ ਗਿਆ। ਨਹੀਂ ਨਹੀਂ ਆਪਾਂ ਸ਼ੁਰੂ ਤੋਂ ਹੀ ਜੂਸ ਪੀਣ ਦੇ ਸ਼ੌਕੀਨ ਆ। ਆਪਾਂ ਦਾਰੂ ਦੂਰ ਨੂੰ ਕਦੇ ਮੂੰਹ ਨਹੀਂ ਲਾਇਆ। ਵੈਸੇ ਦਾਰੂ ਤਾਂ ਕਹਿੰਦੇ એનર્ਜੀ ਡਰਿੰਕ ਨਹੀਂ ਹੁੰਦੀ। ਸ਼ਕਤੀ ਵਾਟਰ ਬੜਾ ਪਤਾ ਵਾ। ਚਲੋ ਜੀ ਹੁਣ ਅਸੀਂ ਜੂਸ ਪੀ ਕੇ ਹੁਣ ਅਸੀਂ ਚੱਲਿਆ ਘਰ ਨੂੰ। ਪੰਜੇਰੀ ਗੇੜੀ ਥੋੜਾ ਟਾਈਮ ਬੈਠਾਂਗੇ ਫਿਰ ਅਸੀਂ ਜਾਣਾ ਮੰਡੀ ਅਹਿਮਦਗੜ੍ਹ ਨੂੰ ਕਿਉਂਕਿ ਪਵਨ ਤੇ 2-3 ਘੰਟੇ ਲਾ ਜਾਣੇ ਆ। ਚਲੋ ਜੀ ਅੱਜ ਪਵਨ ਨੇ ਆਪਦੇ ਚਾਹ ਪੂਰੇ ਕਰਨੇ ਆ। ਅਸੀਂ ਜਿਹੜੀ ਉਹਦੇ ਮਿੱਟੀ ਖਾ ਕੇ ਆਏ ਨਾ ਸ਼ਿਮਲੇ ਮੋਟਰਸਾਈਕਲ ਤੇ ਜਾ ਕੇ ਅੱਜ ਮਿੱਟੀ ਕੱਢਣੀ ਆ ਮੂੰਹ ਚ ਉਹਨਾਂ ਨੇ। ਚੰਗਾ ਜੀ ਤੁਹਾਡੇ ਦੇਖੀਆਂ ਵੀਡੀਓ ਮੋਟਰਸਾਈਕਲ ਵਾਲੀਆਂ ਹੈ ਦੇਖੀ ਉਹ ਤੇਰੀ ਉਹ ਸਾਡੇ ਤਾਂ ਘਰ ਦੇ ਬੰਦੇ ਨਹੀਂ ਦੇਖਦੇ ਯਾਰ। ਚੰਗਾ ਯਾਰ ਹਟੇ ਜਾਂਦਾ ਯਾਰ। ਤੁਸੀਂ ਤਾਂ ਬੜੀ ਬੇਇੱਜ਼ਤੀ ਕਰਤੀ ਸਾਡੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੋਲਾ ਸੇਮੀਆਂ ਦਾ ਖੀਰ ਦਾ ਦਲੀਆ। ਸਤਿ ਸ਼੍ਰੀ ਅਕਾਲ। ਤੇਰੇ ਫੈਨਸ ਤੈਨੂੰ ਮਿਸ ਕਰ ਰਹੇ ਨੇ। ਇਹਨੇ ਸਿਮ ਕਿੱਥੇ ਆ ਹੈ? ਦਲੀਆ ਦਾ ਕੋਲਾ ਛੋਟਾ ਹੀ ਲਿਆ। ਕਿਰਨ ਕਿੱਥੇ ਆ? ਸਤਿ ਸ਼੍ਰੀ ਅਕਾਲ ਕਿਰਨ। ਤੁਹਾਡਾ ਲੰਚ ਟਾਈਮ ਚੱਲਦਾ ਮੈਨੂੰ ਲੱਗਦਾ। ਇਹਦੀ ਡਾਈਟ ਕੋਈ ਹੋਰ ਆ। ਨੂਣ ਮਿਰਚ ਵਾਲੀ ਰੋਟੀ ਖਾ ਰਹੀ ਹੈ ਚਾਹ ਨਾਲ। ਹੈ ਤੂੰ ਕਿਵੇਂ ਆ? ਠੀਕ ਆ ਹਾਂਜੀ। ਹਾਏ ਤਾਂ ਦੋਨੇ ਟੌਰ ਦੀ ਗੱਡੀ ਬੈਠੇ ਲੱਗਦੇ ਆ ਮੈਨੂੰ। ਪਰ ਬੁਰੋਂ ਆਏ ਲੱਗਦੇ ਆ ਇਹ। ਮੈਂ ਕਿਹਾ ਇਹਨਾਂ ਨੂੰ ਕਿਹਾ ਸਕੂਲ ਕਾਲ ਚਲੀਆਂ ਜਾ। ਹੁਣ ਕਿੰਨੇ ਦਿਨ ਘਰੀ ਬੈਠੀਆਂ ਰਹਿਣਾ ਤੁਸੀਂ ਤਾਂ ਸਕੂਲ ਵਾਲੇ ਬੁਲਾਉਂਦੀ ਹੈ ਨਹੀਂ। ਚੰਗਾ ਵੀ ਜਵਾਕੋ ਬਾਏ ਬਾਏ। ਪਰਸੋਂ ਨੂੰ ਆਵਾਂਗੇ। ਲਓ ਜੀ ਟਾਈਮ ਹੋ ਗਿਆ ਦੁਪਹਿਰ ਦੇ 3। ਅਸੀਂ 11:15 11:30 ਵਜੇ ਘਰੋਂ ਤੁਰੇ ਸੀਗੇ। ਅਸੀਂ ਅੱਜ ਪੰਧੇਰ ਖੇੜੀ ਵੀਡੀਓ ਘੱਟ ਇਸ ਲਈ ਬਣਾਈ ਆ ਬਿਕੋਜ਼ ਅਸੀਂ ਪਰਸੋਂ ਨੂੰ ਦੁਬਾਰਾ ਮਤਲਬ 4 ਤਰੀਕ ਨੂੰ ਵਰਤਾਂ ਜਾਣ ਉਰੀ ਆ ਜਾਣਾ ਤੇ ਰਾਤ ਇੱਥੇ ਹੀ ਰਵਾਂਗੇ। ਤਾਂ ਕਰਕੇ ਅਸੀਂ ਵੀਡੀਓ ਘੱਟ ਬਣਾਈ। ਨਹੀਂ ਫਿਰ ਵੀਡੀਓ ਨਾ ਪਰਸੋਂ ਵਾਲੀ ਬੋਰਿੰਗ ਹੋਣੀ ਉਹਦੇ ਵਾਲੀ ਵੀਡੀਓ ਫਿਰ ਇੰਟਰਸਟਿੰਗ ਹੋਣੀ ਵੱਧ। ਸੋ ਅੱਜ ਹਰਪਿੰਦਰ ਨੇ ਮੇਰੇ ਚਾਚੇ ਦੇ ਮੁੰਡੇ ਨੇ ਇਹਨਾਂ ਨੂੰ ਬਹੁਤ ਸਤਾਇਆ ਕਿ ਮੈਂ ਤਾਂ ਪਰਸੋਂ ਨੂੰ ਪੀਜੇ ਮੰਗਾ ਖਾਊਂਗਾ ਬਰਗਰ ਮੰਗਾ ਖਾਊਂਗਾ। ਸੋ ਦੇ ਮੇਰੀਆਂ ਭਾਬੀਆਂ ਕੰਟਰੋਲ ਕਰ ਸਕਦੀਆਂ ਨੇ ਮੇਰੀ ਘਰ ਵਾਲੀ ਕੰਟਰੋਲ ਕਰ ਸਕਦੀ ਆ। ਸੋ ਪਰਸੋਂ ਵਾਲੀ ਵੀਡੀਓ ਬਹੁਤ ਇੰਟਰਸਟਿੰਗ ਹੋਊਗੀ। ਤੇ ਹੁਣ ਅਸੀਂ ਚੱਲੇ ਆ ਮੰਡੀ ਅਹਿਮਦਗੜ੍ਹ ਤੇ ਹੁਣ ਪਵਨ ਦਾ ਮਤਲਬ ਸੱਜਣ ਸਵਰਨ ਦਾ ਟਾਈਮ ਆ ਗਿਆ। ਹੁਣ ਇਹ ਚੂੜੀਆਂ ਚਾੜੀਆਂ ਲਊ ਆਪਦੀਆਂ ਮਹਿੰਦੀ ਮੁੰਦੀ ਲਵਾਊ ਫੇਸ਼ੀਅਲ ਫੂਸ਼ੀਅਲ ਕਰਾਊ ਤੇ ਮੈਂ ਗੱਡੀ 'ਚ ਬਹਿ ਕੇ ਵੇਟ ਕਰੂੰ। ਐਸ ਯੂਜ਼ੁਅਲ ਮੈਂ ਡਰਾਈਵਰ ਕੋਈ ਨਹੀਂ ਉਹਨਾਂ ਟਾਈਮ ਹੀ ਵੇਟ ਕਰਦੀ ਆ ਜਿੰਨਾ ਟਾਈਮ ਮੈਂ ਪਾਰਲਰ ਤੇ ਜਾਣਾ। ਫਿਰ ਤਾਂ ਉਹੀ ਤਾਂ ਮੇਨ ਟਾਈਮ ਆ ਉਹ ਬਾਲਾ ਟਾਈਮ ਨਹੀਂ ਲਾਉਂਦੀ ਮੈਂ ਥੋੜਾ ਜਿਹਾ ਟਾਈਮ ਲਾ ਕੇ ਆ ਜਾਣਾ ਬਸ। ਚਲੋ ਠੀਕ ਆ ਹੁਣ ਆਪਾਂ ਚੱਲਦੇ ਆ ਮੰਡੀ ਨੂੰ। ਲਓ ਜੀ ਅਸੀਂ ਪਹੁੰਚ ਚੁੱਕੇ ਆ ਮੰਡੀ। ਸਾਢੇ 3:25 ਸੋ ਪਵਨ ਦਾ ਪਾਰਲਰ ਆ ਗਿਆ ਉਧਰ। ਸੋ ਹੁਣ ਦੇਖਦੇ ਆ ਪਵਨ ਕਿੰਨੇ ਟਾਈਮ ਚ ਮੁੜ ਕੇ ਆਉਂਦੀ। ਹਰ ਵਾਰੀ ਕਹਿੰਦੀ ਮੈਂ 15 ਮਿੰਟ ਹੀ ਲਾਇਆ ਮੈਂ 20 ਮਿੰਟ ਹੀ ਲਾਇਆ। ਅੱਜ ਪ੍ਰੂਫ ਹੈਗਾ 3:25। ਸੋ ਹੁਣ ਮੈਂ ਥੋੜੇ ਕ ਟਾਈਮ ਚ ਹੀ ਆ ਜਾਣਾ। ਥੋੜੇ ਟਾਈਮ ਚ ਆ ਜਾਏਗੀ। ਚੱਲ ਦੇਖਦੇ ਆ। ਚੱਲ ਛੇਤੀ ਕਰ। ਚੰਗਾ ਪੈਸੇ ਹੈਗੇ ਹੈ ਨਹੀਂ ਗੇ? ਮੈਂ ਸਰਕਾਰੀ ਨੌਕਰੀ ਕਰਦੀ ਆ ਨਾਲੇ ਕਹਿੰਦੇ ਯੂਟਿਊਬਰਾਂ ਨੂੰ ਪੈਸੇ ਬਹੁਤ ਆਉਂਦੇ ਆ ਹੈ। ਪਰ ਲੈਣੇ ਤਾਂ ਘਰ ਵਾਲੇ ਤੋਂ ਹੀ ਪੈਂਦੇ ਨੇ। ਮੈਂ ਤਾਂ ਕਹਿੰਦੇ YouTube ਤੋਂ ਬਹੁਤ ਬੰਦਾ ਪੈਸਾ ਕਮਾ ਲੈਂਦਾ। ਤੇਰੇ ਕੋਲ ਹੈ ਨਹੀਂ ਗਏ? ਕਿੱਥੇ ਨੇ? ਚੱਲ ਕਿੰਨੇ ਲਾਵਾਂ? ਲੈ ਲਾ 5-400 ਬਹੁਤ ਸਾਥ। ਚਲੋ ਜੀ ਫਿਰ ਮਿਲਦੀ ਆ ਮੈਂ ਅੱਧੇ ਘੰਟੇ ਬਾਅਦ। ਚੱਲ ਦੇਖਦੇ ਆ 3:25 ਹੋ ਗਏ। ਜਿੰਨੀ ਛੇਤੀ ਆਏਗੀ ਉਨੀ ਵੱਧ ਸ਼ਾਪਿੰਗ ਜਿੰਨਾ ਲੇਟ ਆਏਗੀ ਉਨੀ ਘੱਟ ਸ਼ਾਪਿੰਗ। ਤੂੰ ਬਸ ਤੁਸੀਂ ਸਮਝੋ ਮੈਂ ਗਈ ਤੇ ਆਈ। ਚੰਗਾ ਚਲੋ ਆਉਣੀ ਆ ਠੀਕ ਆ ਓਕੇ। 4 ਵੱਜ ਗਏ ਹਲੇ ਤੱਕ ਤਾਂ ਫੋਨ ਆਇਆ ਨਹੀਂ। ਦੇਖਦੇ ਆ ਮੈਡਮ ਜੀ ਕਿੰਨਾ ਕੁ ਵੇਟ ਕਰਾਉਂਦੇ ਨੇ ਅੱਜ। ਅੱਧਾ ਘੰਟਾ ਕਿਹਾ ਸੀਗਾ, ਅੱਧਾ ਘੰਟਾ ਤਾਂ ਹੋ ਗਿਆ। ਲੈਟਸ ਸੀ ਅੱਧੇ ਘੰਟੇ ਤੋਂ ਉੱਪਰ ਕਿੰਨਾ ਟਾਈਮ ਜਾਂਦਾ ਹਲੇ। ਲਓ ਜੀ ਫਾਈਨਲੀ ਪੂਰੇ ਘੰਟੇ ਬਾਅਦ, ਮਤਲਬ ਘੰਟੇ ਤੋਂ 2 ਮਿੰਟ ਘੱਟ ਆ, ਪਵਨ ਦਾ ਫੋਨ ਆ ਗਿਆ। ਸ਼ੀ ਇਜ਼ ਰੈਡੀ। ਇੱਕ ਗੱਲ ਹੋਰ ਕਮੈਂਟ ਕਰਕੇ ਦੱਸਿਓ ਅਸੀਂ ਵੀਡੀਓ 'ਚ ਲਓ ਜੀ ਕਿੰਨੀ ਵਾਰੀ ਕਹਿੰਦੇ ਆ, ਮਤਲਬ ਤਾਂ ਬਾਹਲੀ ਵਾਰੀ ਕਹਿ ਦਿੰਦੇ ਆ। ਚਲੋ ਹੁਣ ਆਪਾਂ ਚੱਲੀਏ, ਪਵਨ ਕੋਲ ਤੁਰਕੀ ਚੱਲਦੇ ਆ। ਉਹ ਦੁਬਾਰਾ ਫਿਰ ਮਾਰਕੀਟ 'ਚ ਥੋੜਾ ਘੁੰਮਣਾ ਵਾ, ਸੋ ਤੁਰਕੀ ਉਹਦੇ ਹੱਲ ਨੂੰ ਚੱਲਦੇ ਆ। ਚਲੋ ਜੀ ਲਓ ਜੀ ਪਵਨ ਪਾਰਲਰ ਜਾਇਆ ਹੀ। ਹੁਣ ਪਵਨ ਨੇ ਕੀ ਕੀ ਲੈਣਾ? ਸਭ ਤੋਂ ਪਹਿਲਾਂ ਚੂੜੀਆਂ, ਕਾਂਟੇ, ਜੁੱਤੀ। ਚੂੜੀਆਂ, ਕਾਂਟੇ, ਜੁੱਤੀ, ਉਦੋਂ ਬਾਅਦ ਮਹਿੰਦੀ। ਲੈਟਸ ਸੀ ਹਾਊ ਮਚ ਟਾਈਮ ਸ਼ੀ ਗੋਣਾ ਟੇਕ। ਮੈਨੂੰ ਲੱਗਦਾ ਆਵਾਜ਼ ਆਉਂਦੀ ਹੋਊ, ਪਤਾ ਹੀ ਨਹੀਂ ਆਉਂਦੀ। ਉਧਰ ਰੌਲਾ ਹੀ ਬਹੁਤ ਪੈਂਦਾ ਮੰਡੀ 'ਚ ਅੱਜ, ਉਹ ਰਾਸ਼ੀ ਬਹੁਤ ਆ ਆਉਂਦੀ ਹੋਊ ਹੈਨਾ। ਨਹੀਂ ਮੰਡੀ 'ਚ ਅੱਜ ਮੂੰਹ ਰੌਣਕ ਵਾਲੀ ਨਹੀਂ ਹੈਗੀ। ਮੈਂ ਇਕੱਲਾ ਨਹੀਂ ਹੈਗਾ ਜਿਹੜਾ ਮਹਿੰਦੀ ਲਵਾਉਣਾ ਆ। ਮੈਂ ਬਥੇਰੇ ਮੁੰਡੇ ਖੜੇ ਮੇਰੇ ਮੂੰਹ ਤੇ ਜਿਹੜੇ ਵੇਟ ਕਰਦੇ ਆਪਦੇ ਘਰ ਵਾਲਿਆਂ ਦੇ, ਤੇ ਗੱਡੀ ਦੀਆਂ ਟਾਕੀਆਂ ਖੋਲਣ ਲੱਗੇ ਹੋਏ ਆ। ਉਹਨਾਂ ਨੂੰ ਕੱਢਣਾ ਪੈਂਦਾ ਹਰ ਇੱਕ ਨੂੰ। ਸੋਚ ਲਓ ਤਾਂ ਹੀ ਤਾਂ ਕਹਿੰਦੇ ਵੀ ਤੁਹਾਨੂੰ ਵੀ ਕੱਢਣਾ ਪੈਣਾ ਹੀ ਹੈ। ਚਲੋ ਠੀਕ ਆ, ਮੈਂ ਮਾਸਕ ਲਾ ਲਾਂ। ਇਹ ਤਾਂ ਨਾਰਮਲ ਹੀ ਹੈ ਜੀ। ਮਹਿਰੂਨ ਲਗਾ ਦੇ, ਮਹਿਰੂਨ ਚਟਣੀ ਚਟਣੀ ਆਲੋ ਆ ਘੱਟ ਹੀ ਹੋ ਗਈ ਜੀ। ਜਿਹੜਾ ਪਸੰਦ ਆ ਦੱਸੋ, ਕੋਈ ਗੱਲ ਨਹੀਂ। ਫਿਰ ਉਹਦੀ ਨਹੀਂ ਦਿਖਾਓ ਤਾਂ ਸਹੀ, ਤਾਂ ਹੀ ਪਤਾ ਲੱਗੇ। ਠੀਕ ਹੈ ਲਓ ਜੀ। ਥੋੜੇ ਜਿਹਾ ਡਰ ਦੇ ਨਾਲ ਇਹ ਕਲਰ ਨਾ ਛੋਟੇ ਹੁੰਦੇ ਨਾ, ਹੋਰ ਥੋੜੇ ਜਿਹਾ ਸਟਾਈਲਿਸ਼ ਜੇ, ਪਰ ਮੂੰਹ ਛੋਟੇ ਛੋਟੇ ਟੌਪ ਸਟਾਈਪ ਹੋਣ। ਟੌਪ ਸਟ੍ਰਾਈਪ ਮਤਲਬ ਜਿੱਦਾਂ ਥੱਲੇ ਉੱਪਰ ਟੌਪ ਸਿੰਦੇ ਤੋਂ ਇੱਕ ਬੁੱਲੀ ਜੀ ਹੁੰਦੀ ਆ, ਉਸ ਟਾਈਪ ਦੇ। ਹਾਂ ਬੁੱਲੀਆਂ ਮੰਗਦੀ ਨੂੰ ਦੇਖੋ ਪਹਿਲੇ ਆਪ ਉਹਨਾਂ ਦੀ ਕੀ ਰੇਂਜ ਆ। ਉਹ ਨੇ ਜਿਹੜੇ ਨਹੀਂ ਚਾਹੀਏ ਉਹੀ ਦੇ ਵਿੱਚ ਮੈਟਲ ਵਾਲਾ ਸਿੰਪਲ ਉਹ ਵੀ ਮਿਲ ਜਾਏ ਇਹਨਾਂ ਦੀ ਜੀ। ਇਹ ਤਾਂ ਮਹਿੰਗੇ ਹੁੰਦਾ, ਤੁਸੀਂ ਬਾਲੀ ਰੇਂਜ ਦਾਉਂਗੇ। ਨਹੀਂ ਬਾਲੇ ਤਾਂ ਨਹੀਂ, 1360 1360 ਥੋੜਾ। ਪਹਿਲਾਂ ਉਹਦਾ ਦੱਸੋ ਮੈਨੂੰ ਕਿੰਨਾ ਡਿਸਕਾਊਂਟ ਕਿੰਨਾ ਮਿਲਦਾ? ਇਹ ਤਾਂ ਲੱਗਿਆ ਹੋਇਆ ਜੀ 1360 ਰੁਪਏ। ਉਹ 1200 ਦਾ ਹੋ ਗਿਆ। 160% ਲੈਸ ਕਰਨਾ ਹੈ। 100 ਜ਼ਿਆਦਾ ਹੋ ਗਿਆ, 10% ਕਰਨਾ। ਹੋਰ ਘਟਾ ਟੈਲੈਂਟ ਦਾ ਦਿਖਾ ਆਪਦਾ। ਕਿਸ ਨਾਲ ਤੁਹਾਨੂੰ ਗੋਲ ਦਾ ਵੀ ਲਗਾ ਸਕਦੇ ਹਾਂ, ਲਗਾ ਦੋ ਨਾਲ ਇਹਦੇ। ਮਹਿਰੂਨ ਚ ਤਾਂ ਨਹੀਂ ਹੈਗਾ, ਇਹ ਮਜੰਟਾ ਸ਼ੇਡ ਮਾਰਦੇ ਆ। ਨਹੀਂ ਜੀ ਮਹਿਰੂਨ ਹੀ ਹੈ ਜੀ ਇਹ ਜੀ। ਇਹਦੇ ਚ ਨਾ ਭੇਜਵੇਂ ਮਹਿਰੂਨ ਲੱਗਦਾ ਸੀ, ਲੱਗਿਆ ਹੋਊਗਾ ਨਗ ਦੀ ਗੱਲ ਹੋਰ ਹੁੰਦੀ ਹੈ। ਜਿਹੜਾ ਕ੍ਰਿਸਟਲ ਲੱਗਿਆ ਹੁੰਦਾ ਉਹ ਇਹ ਮਹਿਰੂਨ ਕ੍ਰਿਸਟਲ ਨਹੀਂ ਨਾਭੀ ਰੰਗ ਬਣਦਾ ਹੈਗਾ ਜੀ। ਇਹ ਆਰ ਪਾਰ ਹੋ ਜਾਂਦਾ ਉਹਦੇ, ਉਹਦੇ ਰੋਸ਼ਨੀ ਆਰ ਪਾਰ ਹੋ ਜਾਂਦੀ ਤਾਂ ਉਹ ਲਾਈਟ ਲੱਗਦੀ ਹੈ। ਉਹਦੇ ਉੱਤੇ ਤਾਂ ਮਹਿਰੂਨ ਲੱਗਦਾ ਜੀ। ਇਹ ਮੈਂ ਪਾਇਆ ਮਹਿਰੂਨ ਲੱਗੂਗਾ। ਚੀਜ਼ ਆਪਾਂ ਪਾਈ ਦੇਖਣੀ ਹੈ ਨਾ, ਜਦੋਂ ਡਰੈਸ ਨਾਲ ਪਾਇਆ ਹੋਵੇ ਨਾ ਮਹਿਰੂਨ ਰੰਗ ਦੀ ਡਰੈਸ। ਕਿੰਨੇ ਪੈਸੇ? 200 ਰੁਪਏ ਇੱਕ ਹੱਥ ਦਾ ਹੈਵੀ ਮਹਿੰਦੀ ਦਾ। ਦੱਸਿਓ ਮੈਂ ਡਿਜ਼ਾਈਨ ਕਿਹੜਾ ਲਗਾਉਣਾ। ਠੀਕ ਆ ਸੋਚ ਸਮਝ ਕੇ ਵਿਆਹ ਕਰਾਇਓ ਹੈ। ਆਪ ਦਾ ਕਰਾ ਲਿਆ, ਦੂਜੇ ਨੂੰ ਰਹਾ ਕਿਉਂ ਦਿੰਦੇ ਆ ਵਾਲਾ ਨਾਲ ਪੈਰਾਂ ਵਾਲੀ। कैसा लगवाना है? स्टाइलिंग लगवाना है कि भर के लगवाना है? लगवानी तो मैं भर के ही हाँ वो देख रही हैं डिज़ाइन कितने कौन के भर में मिलती तो मैं तो ही लभ भी भरमी है। लेकिन जिदा जे मैं इतों लगवानी हो मैं मूरले हाथ से ब्राइडल लटवा कि लाऊंगी ब्राइडल लगवाना। ब्राइडल ही उस टाइप लगवानी, मतलब ब्राइडल तो इतों होंगी है ना, मैं इतों की लगवानी। वही तो बोला हूँ आगे पीछे भर के पूरा लगवाना है ना। 300 रुपये हैंग पूरा कैप्चर करके लगाओ। 250 दो कटिए 300 250 आज की डेट में नहीं। अगे मैं लगा के गई, अगे 200 से लाइए मैं बरता करके तो 250 कह रही हूँ। ओके आज तो बारगेनिंग पूरी है पर होवे वधिया रंग वधिया चढ़ना चाहिए। मेरा गहां में होना नहीं चाहिए। आपकी दुकान पे ये नहीं चलिएगा ना तो आप फ्री में लगा देंगे। ठीक है रंग वधिया आवे तो खाना पड़े। ठीक एक फूल होनी है। हां जी कौन सा? खुश हैं? हाँ जी पूरी खुश हाँ। पर एक गल आ शिमले दे चक्कर च सूट मेनू पुराना ही पाना पैना। चल कोई ना बथेरे सूट तेरे कोले एक बारी पाए होए। चलो ठीक इमोशनल ड्रामे नहीं नहीं इमोशनली कर दी मैं पा लूं। चलो जी हुण आपां चलदे हां घर नूं बिकॉज़ टाइम हो गया अराउंड 5:45। ठीक है जी हुण इन्हां दी जाके घरे जाके सेवा सुवा रोटी पानी खवाना पऊ इन्हां नूं। ओ वाह अज मेनू कितना मजा आऊगा तुहाडे हाथों रोटी खा के। चलो जी हुण आपां चलदे आं घर नूं ते तुहानूं घरे जाके मिलदे आं। अज दा दिन मेरा तां बस ड्राइवर वांगू ही लंघ गया, इधर ले जाओ उधर ले जाओ। वैसे ब्याह कराउण दे फायदे तुसीं सोच लिओ आपी है, वीडियो देख के अंदाजे ला लिओ। ना ये जेड़ा कुछ असीं कर रहे हां ये भी तुहाडे लई कर रहे हां। अच्छा हां जी चलो ठीक आ। चलो बाकी तां वधिया भाई नज़ारे। चलो घरे जाके मिलदे आं फिर। हुण हनेरा हो गया ना, ड्राइव सेफली। आ जाओ जी उतरो। थैंक यू जी। पानी पीओगे लिमका पीओगे चाह पीओगे? कुछ नहीं पीड़ा। सत श्री अकाल डैडी। ओ सौखा नहीं ओ मित्रा ब्याह करवाना वे है थोड़े लिए तो मैं बड़ा ही औखा लगता वा। एक दिन असी थोड़े रोज काम करते हैं। सोच लो मैं फिर कह रहा बार बार सोच लो। तुसी मेरे बाले ही नहीं तंग लगदे अज। अच्छे से लगाओ जी मैम वरना पैसे नहीं मिलेंगे। पैसे तो ले रहे हो आप। एंड पंजाब हार गई। पंजाब गई बार। मैं तो पहले ही कहते तुम ही देखते रहने हो मैच। हम आप सपोर्ट करा दिल्ली दिल्ली में ना हार जाए। दाल बदलो 12 बजे खा लो मेनू खिला दो। चल हस पासा पार्ट ब्याह करता जी मेरा ब्याह करता जिंदगी दा मजा नहीं सुभा करता प्यार करता जी मेरा प्यार करता। चंगा भला क्या सीगा की क्या सी मेरे यारा दोस्तां ने कि साल खंड होर खेडदा खेड लेंदे फिर ना कराउंदे पिया। चल बस हुण डन। यस बहुत हो गया। वधिया मेहंदी तेरी घैंट लगदी। दिखाई मेहंदी उन्होंने देखो आपका नाम तक मैं चमका के लिखाया छेती मेरा नाम। फिर हम मेरा नाम लिखाएंगे नहीं तू। 500 रुपया भी लवाना सी ना तो बनता। 500 ਤੁਸੀਂ ਬਹੁਤ ਸਸਤੇ ਰਹਿ ਗਏ ਹਲੇ। ਸਸਤੇ ਆ ਕਿ ਮਹਿੰਗੇ ਦੱਸਿਓ ਕਮੈਂਟ ਕਰਕੇ ਹੈ। ਐਵੇਂ ਹੋਰ ਆਏ ਨਾ ਕਹਿ ਦੇ ਕੋਈ ਸਾਡੇ ਏਰੀਆ ਦਾ 200 ਹੀ ਲਾ ਦਿੰਦੇ ਆ ਜੀ। ਅੱਗੇ ਵੀ ਤੂੰ ਬੇਇੱਜ਼ਤੀ ਕਰਾ ਲੈਂਦੀ ਆ ਹਮੇਸ਼ਾ। ਅਸੀਂ ਸਾਨੂੰ ਆਇਆ ਹੁੰਦਾ ਸੀ ਸਸਤਾ ਕਰਕੇ ਆਏ ਆ ਹੁੰਦਾ ਅਸਲ 'ਚ ਮਹਿੰਗਾ ਹੀ ਆ। ਅਸੀਂ ਆਪਦੇ ਜਾਣ 'ਚ ਉਹ ਕਰਕੇ ਆਏ ਉਹਨੇ ਬਾਰਗੇਨਿੰਗ ਅੰਗਰੇਜ਼ੀ 'ਚ ਹੱਥ ਠੀਕ ਕਰਨਾ ਆਪਾਂ। ਚਲੋ ਚੰਗਾ ਜੀ ਹੁਣ ਆਹ ਵੀਡੀਓ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਤੁਹਾਨੂੰ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ। ਸੋ ਸਾਡੀ ਵੀਡੀਓਜ਼ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ। ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਚੰਗਾ ਜੀ ਬਾਏ ਬਾਏ।